बिस्मिल्लाहिर्रहमानिर्रहीम अस्सलाम वालेकुम मेरे बहन भाइयों, मैंने जो आपकी फैमिली ब्लॉग चैनल सब्सक्राइब नहीं किया सब्सक्राइब करो, जो बेल आइकन का बटन जरूर प्रेस करो, साड़ी हर वीडियो नोटिफिकेशन मेरे बहन भाइयों तक बार बार पहुँची रहे। अच्छा जी, अज की वीडियो कुछ इस तरह की है भी सब तो पहले भी दूसरा माशाल्लाह अलहमदुल्ला मेहमान आए हुए थे, मेहमान आए थे कैबा दी ससुराल लियाए हुए थे, ससू आए थे, सहुरा वह आया सगा, नान जेठ आया हुआ सगा, ਉਹ ਆਏ ਹੋਏ ਸੀਗੇ ਦੂਸਰਾ ਅਤੇ ਉਹ ਆਏ ਹੋਏ ਸੀਗੇ, ਉਹਨਾਂ ਨੂੰ ਪਹਿਲੇ ਨਾਸ਼ਤਾ ਕਰਾਇਆ, ਨਾਸ਼ਤਾ ਕਰਾ ਕੇ ਅਤੇ ਉਹ ਹੁਣ ਚਲੇ ਗਏ ਪਿੰਡ ਨੂੰ, ਅੱਗੇ ਜਿਹਦੇ ਰਿਸ਼ਤੇਦਾਰ ਬੈਠੇ ਉੱਥੇ ਘੁੰਮਣ ਵਾਸਤੇ ਚਲੇ ਗਏ, ਉੱਥੇ ਗਏ ਹੋਏ ਅਤੇ ਹੁਣ ਸਭ ਤੋਂ ਪਹਿਲੇ ਜਿਹੜੇ ਘਰ ਦਾ ਸਲਾਰਾ ਸੀ ਚੱਕਣ ਲਈ ਅਤੇ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ, ਉਸ ਤਰ੍ਹਾਂ ਕੱਪੜੇ ਕਾਫੀ ਸਾਰੇ ਮਿਲ ਰਹੇ ਸੀ, ਦੇਖੋ ਵਾਸ਼ਿੰਗ ਮਸ਼ੀਨ ਲਾਈ ਹੋਈ ਹੈ ਅਤੇ ਸਲਾਰਾ ਕਾਫੀ ਪੰਜ ਪੈ ਰਹੀਆਂ, ਸਰਾਣੇ ਜਿਹੜੇ ਧੋਣ ਵਾਲੇ ਸਾਰੇ ਗੰਦੇ ਹੋਏ ਵੀ ਸੀਗੇ, ਅਤੇ ਕਾਫੀ ਸਰਾਣੇ ਗੰਦੇ ਹੋਏ ਹੋਏ ਸੀਗੇ ਅਤੇ ਸਾਰੇ ਸਰਾਣੇ ਲਾ ਕੇ ਪਹਿਲਾਂ ਸਭ ਧੋਤੇ ਆ ਅਤੇ ਸਾਰਾ ਸਮਾਨ ਜਿਹੜਾ ਵੀ ਉਹ ਜਿਹੜਾ ਸ਼ਹਿਰ ਸਾਡਾ ਪਿਆ ਸੀਗਾ, ਭੁੱਟੇ ਵਗੈਰਾ ਸਾਰੇ ਲੈ ਕੇ ਅੱਡਾ ਇਸ ਤਰ੍ਹਾਂ ਸ਼ਾਮ ਆਈਏ, ਸ਼ਾਮ ਨਾਲ ਧੋ ਲੈਂਦੇ ਸੀ ਸਾਨੂੰ ਵਾਪਸ ਕਰ, ਅਤੇ ਹੁਣ ਸਭ ਸਭ ਤੋਂ ਪਹਿਲਾਂ ਪੜ੍ਹ ਲੈਂਦੀ ਹਾਂ ਕੱਪੜੇ, ਇੱਕ ਜਿਹੜਾ ਹੋਰ ਦੇ ਦੇਵਾਂ, ਇੱਕ ਜਿਹੜਾ ਹੋਰ ਦੇ ਦਿੰਦੀ ਇਹਨੂੰ, ਅਤੇ ਵੀਰ ਜਿਹੜਾ ਕੱਪੜੇ ਵੀ ਹੋ ਜਾਂਦੇ, ਕੱਪੜੇ ਵੀ ਕੱਢ ਕੇ ਫੋਲ ਲੈਂਦੇ ਅਤੇ ਕੱਢ ਕੇ ਫੋਲ ਦਿੱਤੇ ਹੋ ਗਏ, ਅਤੇ ਨਾਜਰਾ ਦੇ ਕੋਲ ਹਨਾ ਇੱਧਰੋਂ ਪੈਪ ਫੜ ਕੇ ਫੇਟੀ ਮੈਂ ਤਾਂ ਦੂਸਰਾ ਕਰ ਪੈਪ ਦੇ ਦੇ, ਨਾਜਰਾ ਨਾਜਰਾ ਇਹ ਨਾਜਰਾ ਕੜਾਈ ਇੱਧਰਲੀ ਸਿਰ 'ਤੇ ਪਈ ਸੀ, ਇਹਨੂੰ ਇੱਧਰ ਰੱਖਦੀ ਚੱਕ ਕੇ, ਅਤੇ ਫਿਰ ਚੱਕ ਕੇ ਇਹਨੂੰ ਸਾਰਾ ਸਮਾਨ ਨੂੰ ਕਲੋਜ਼ ਕਰਦੀ ਹਾਂ, ਕਿਉਂਕਿ ਮੇਜ਼ ਇੱਥੇ ਰੱਖ ਦਿਆਂ, ਮੇਜ਼ ਰੱਖ ਕੇ ਅਤੇ ਫਿਰ ਸਾਰਾ ਸਮਾਨ ਨੂੰ ਕਲੋਜ਼ ਕਰਦੀ ਹਾਂ, ਕਿਉਂਕਿ ਅੱਜ ਸਾਰਾ ਕੰਮ ਮੈਂ ਨਹੀਂ ਨਾ ਕੀਤਾ, ਸਵੇਰ ਦੀ ਅੱਜ ਅੰਮੀ ਕਰਨ ਦੇ ਕੇ ਟੋਕਰੀ ਭਰ ਕੇ ਦਿੱਤੀ, ਕਿਉਂਕਿ ਉੱਥੋਂ ਪ੍ਰਣਾਲਾ ਮੇਜ਼ ਤਾਂ ਚੱਕਿਆ ਵਾ, ਕਿਉਂਕਿ ਇਹਦੇ ਸਾਈਡ 'ਤੇ ਦੇਖੋ ਉੱਪਰ ਹੈਗਾ ਪ੍ਰਣਾਲਾ, ਪਾਣੀ ਵਾਲਾ ਨਾ ਪ੍ਰਣਾਲਾ ਵਾ, ਉਹ ਦੇਖੋ ਉੱਪਰ ਪ੍ਰਣਾਲਾ ਵਾ, ਤਾਂ ਪਾਣੀ ਦਾ ਬਾਰਿਸ਼ ਹੋਊਗਾ, ਪਾਣੀ ਸਾਰਾ ਵੀ ਇੱਥੇ ਆਉਂਦਾ, ਨਾਲੇ ਟੋਕਰੀ ਭਾਵੇਂ ਬਰਤਨ ਵਾਲੀ ਜਿਹੜੀ ਸਾਰੀ ਧੁੱਪੇ ਸੜ ਜਾਂਦੀ ਹੈ, ਅਤੇ ਇਸ ਵਾਸਤੇ ਮੈਂ ਚੱਕ ਕੇ ਉਹਨੂੰ ਛਾਣ ਨੂੰ ਕਰਦੀ ਹਾਂ, ਸਿਲੰਡਰ ਸੈੱਟ ਕਰ ਦਿੰਦੀ ਹਾਂ। ਨਾਇਆ ਫਾਤਮਾ, ਨਾਇਆ ਫਾਤਮਾ ਨੇ ਸੌਂ ਲਿਆ, ਹੁਣ ਖੇਲਣ ਦੀ, ਇੱਕ ਨੇ ਸੌਂ ਲਿਆ ਇੱਕ ਸੁੱਤਾ ਪਿਆ, ਨਾਇਆ ਸੌਂ ਕੇ ਉੱਠ ਗਈ, ਇੱਦਾਂ ਹੀ ਟਾਈਮ ਕਰੀ। ਅੱਛਾ ਕਾਕਾ ਕਿੱਥੇ ਵੇਖ ਕੇ ਆਈ, ਕਾਕਾ ਕਿੱਥੇ ਕਾਕਾ ਵੇਖ ਕੇ ਆਈ, ਤਾਤਾ ਚਾਰ ਪੰਜ ਰੋਟੀ ਦੇ ਨਾਮ ਕੱਟੇ ਸੀ ਅਤੇ ਚਾਰ ਉਹਦੇ ਮਸਾਲੇ ਮਸੂਲੇ ਸਾਰੇ ਮਿਕਸ ਕਰਕੇ ਮੈਂ ਰੱਖੇ ਹੋਏ, ਅਤੇ ਕੱਲ੍ਹ ਗਈ ਸੀਗੀ ਵੀ ਮੈਂ ਬਾਜ਼ਾਰ ਨੂੰ ਆਪਣੇ ਰੱਖਣ ਲਿਆ, ਅਤੇ ਨਾਲੇ ਅਤੇ ਨਾਲੇ ਹੈ ਨਾ ਦੀ ਵੀ ਤੇਲ ਫੁੱਲੇ ਚਲਾ ਦੇ ਬੇਟਾ, ਆ ਪੈਪ ਚਲਾ ਦੇ, ਮੈਂ ਕਿਹਾ ਨਾ ਤਾਂ ਕੰਮ ਚੈੱਕ ਕਰੋ, ਖੇਲ ਨਹੀਂ ਖੇਲਣਦਾ ਹੀ ਉੱਥੇ ਲੰਮੀ ਪੈ ਗਈ, ਤਾਂ ਉੱਠੋ ਨਾ ਫਾਤਮਾ।
ਇੱਥੋਂ ਜਾਲੀ ਕਿ ਜਾਲੀ ਦੇ ਵਿੱਚ ਵਾਹਵਾ ਕਾਫੀ ਘੱਟਾ ਪਿਆ ਹੋਇਆ। ਮੰਮੀ ਅੰਦਰ ਹੀ ਸਾੜਨਾ ਜਾਊਗਾ ਪਾਣੀ, ਅੰਦਰ ਪਿਆ ਤਾਂ ਨਹੀਂ ਹੋਊਗਾ। ਇਹ ਤਾਂ ਪੱਟਾ ਨਿਕਲਣਾ ਨਹੀਂ ਨਾ ਇੱਦਾਂ ਤਾਂ ਨਹੀਂ। ਹਾਂਜੀ ਇਹ ਤਾਂ ਪੱਟਾ ਨਿਕਲਣਾ ਨਹੀਂ ਪਾਣੀ ਤਾਂ ਡਰਦੀ ਅੰਦਰ ਭੱਜਗੀ ਮੈਨੂੰ ਆਣਾ ਦੇਣ। ਤੁਸੀਂ ਵੀ ਸਿਹਤ ਸਾਫ਼ ਕਰ ਲਓ ਨਾ ਅਤੇ ਮੈਂ ਲੱਸੀ ਪਈ ਆ ਨਮਕੀਨ ਪੀਣੀ, ਨਮਕੀਨ ਬਣਾ ਦਿੰਦੀ ਜਾਂ ਮਿੱਠੀ ਪੀਣੀ ਕਿਉਂਕਿ ਗਰਮੀ 'ਚ ਲੱਗੇ ਹੋਏ ਹਾਂ। ਕਿਉਂਕਿ ਉਹ ਬਾਰਿਸ਼ ਦਾ ਨਾ ਹਰਿਆਈ ਕਿੱਥੇ ਸੀ ਫਿਰ, ਨਹੀਂ ਹਰਿਆਈ ਨਹੀਂ ਹੈਗੀ। ਮੈਨੂੰ ਲੱਗਾ ਮੈਂ ਸਿੱਧਾ ਕਿੱਲਾ ਇੱਥੇ ਪਿਆ ਸੀ ਨਾ, ਹਾਂ ਕਾਲ ਅੱਗ ਦਾ ਹੀ ਆ, ਜ਼ਮੀਨ ਥੱਲੋਂ ਸੜੀ ਹੋਈ ਹੈ। ਐਡ ਥੱਲੇ ਜਾ ਕੇ ਮੈਂ ਉੱਧਰ ਵੀ ਆਪਣੇ ਭੈਣ ਭਾਈ ਨੇ ਭੈਣ ਭਰਾਵਾਂ ਨਾਲ ਗੱਲ ਕੀਤੀ ਸੀ, ਉਹ ਜਿਹੜੇ ਵਿੱਚ ਲੋਕ ਪਤਾ ਨਹੀਂ ਹੁਣ ਮੇਰੇ ਸਾਡੀ ਦੇਖਣ ਵਾਲੇ ਯੂਟਿਊਬ ਤਮਾਮ ਉਹ ਤਾਂ ਨਹੀਂ ਹੋ, ਮੈਨੂੰ ਉਮੀਦ ਵਾ ਵੀ ਇਸ ਤਰ੍ਹਾਂ ਦੀ ਗੱਲ ਕਰੂੰਗੀ ਅਤੇ ਪਹਿਲਾਂ ਜਾਂਦਾ ਕੋਈ ਇੱਥੋਂ ਐਡੀਆਂ ਬਦਲ ਕੇ ਗੱਲ ਆ ਇਹ ਕਿਤੇ ਜਿਵੇਂ ਗੱਲਾਂ ਨਹੀਂ ਚੀਜ਼ ਕਰਦਾ ਵਾ। ਇਹਦੀ ਧੀ ਚੱਲ ਗਈ ਆ, ਇਹਨੂੰ ਸ਼ਰਮ ਹੈ ਨਹੀਂ ਗੀ, ਇਹਨੇ ਵੀਡੀਓ ਬਣਾਉਂਦੀ ਆ ਇੱਦਾਂ ਵਾ ਫਲਾਨ ਆ। ਮੇਰੇ ਭੈਣ ਭਾਈ ਉਹ ਫਿਰ ਕਹਿੰਦੇ ਮੱਥੇ ਦੀਆਂ ਤਕਦੀਰਾਂ ਲਿਖੀਆਂ ਨਾ ਉਹ ਮਿਟਾ ਨਹੀਂ ਸਕਦਾ ਹੈਗਾ, ਠੀਕ ਆ। ਜੋ ਅੱਲਾ ਦਾ ਹੁਕਮ ਸੀ, ਜੋ ਅੱਲਾ ਨੂੰ ਪਤਾ ਸੀਗਾ ਉਹ ਹੋ ਗਿਆ, ਠੀਕ ਹੈ ਨਾ। ਅਤੇ ਪਰ ਉਹ ਜਿਹੜਾ ਕਹਿੰਦਾ ਉਹਨੂੰ ਕੋਈ ਸ਼ਰਮ ਹੋਣੀ ਚਾਹੀਦੀ ਹੈ। ਸਾਨੂੰ ਕਿਸੇ ਨੂੰ ਖਾਣ ਨੂੰ ਦੇ ਜਾਣਾ, ਜੇ ਧੀ ਚਲੇ ਜਾਈਏ ਤਾਂ ਧੀ ਨੇ ਤਾਂ ਨਹੀਂ ਸਾਨੂੰ ਖਾਣ ਨੂੰ ਦੇ ਜਾਣਾ, ਅਸੀਂ ਆਪਣੀ ਰੋਟੀ ਰੋਜ਼ ਤਾਂ ਕਮਾਉਣੀ ਹੈ ਨਾ, ਆਪਣੀ ਰੋਟੀ ਰੋਜ਼ ਤਾਂ ਕਮਾ ਕੇ ਖਾਣੀ ਹੈ। ਪਤਾ ਨਹੀਂ ਮੈਂ ਕਹਿੰਦੀ ਵੀ ਉਹ ਇਨਸਾਨ ਜੰਮਣ ਵਾਲਾ ਨਹੀਂ ਹੈਗਾ ਵੀ ਜਿਹੜਾ ਇੱਦਾਂ ਦੀਆਂ ਗੱਲਾਂ ਕਰਦਾ ਵਾ, ਨਹੀਂ ਨਾ ਹੋਣਾ ਤਾਂ ਹੀ ਕਹਿੰਦਾ ਨਾ। ਹਾਂਜੀ ਉਹਦੇ ਘਰ ਨਹੀਂ ਨਾ ਹੋਣੀ, ਹਾਂਜੀ ਤਾਂ ਤਾਂ ਇੱਦਾਂ ਲੋਕ ਗੱਲਾਂ ਕਰਦੇ ਜਿਨ੍ਹਾਂ ਦੇ ਘਰਾਂ 'ਚ ਨਹੀਂ ਨਾ ਹੈਗੀਆਂ ਬੇਟੀਆਂ ਭੈਣਾਂ। ਕੁਛ ਸਾਨੂੰ ਕਹਿ ਰਹੇ ਸੀਗੇ ਸ਼ਾਹ ਨੇ, ਰਾਤੀ ਮੈਨੂੰ ਕਮੈਂਟ ਪੜ੍ਹ ਕੇ ਸ਼ਾਹ ਵੀ ਆਪਣੀ ਵੀਡੀਓ 'ਚ ਗੱਲ ਕਰੂ ਉਹਦੇ ਨਾਲ, ਅਤੇ ਕਹਿ ਰਹੇ ਸੀ ਬਗੈਰ ਸਹੁਰੇ ਤੇਰੇ ਬਗੈਰ ਤਾਂ ਸਹੁਰਿਆਂ ਨੂੰ ਹੁਣ ਖਵਾਈ ਜਾਂਦਾ ਵਾ, ਇੱਦਾਂ ਕਰਦਾ ਵਾ ਫਲਾਣ ਧੀਆ ਇੱਦਾਂ ਦੀ, ਮੇਰੇ ਭੈਣ ਬਈ ਨੂੰ ਕਾਫੀ ਗੱਲਾਂ ਵੀ ਕਰ ਰਿਹਾ ਸੀਗੇ। ਉਹ ਪਰ ਅੱਲਾ ਦਾ ਅੱਗੇ ਵੀ ਅਸੀਂ ਆਪਣੇ ਕੋਲ ਖਾ ਕੇ ਸੁਣਨੇ ਹਾਂ, ਉਹ ਹੋਰ ਨਹੀਂ ਅੱਲਾ ਤਾਲਾ ਜੋ ਚੀਜ਼ ਦੀ ਹੈਗੀ ਉਸਦੇ ਵੀ ਸਾਨੂੰ ਬਹੁਤ ਸੋਹਣੀ ਦੇਣ ਦਿਆ ਵਾ, ਰਿਜ਼ਕ ਹਲਾਲ ਦੇਣ ਦਿਆ ਵਾ। ਸਾਡੀ ਮੇਰੇ ਤਾਂ ਹਰ ਚਾਹਨਾ ਇਹ ਦੁਆ ਹੁੰਦੀ ਅੱਲਾ ਤਾਲਾ ਸਭ ਨੂੰ ਤਾਂ ਮੇਰੀ ਰਿਜ਼ਕ ਹਲਾਲ ਦੇਵੀ ਅਤੇ ਇੱਜ਼ਤ ਵੀ ਦੇ ਦੇਵੀ ਥੋੜ੍ਹੀ ਦੇ ਦੇਵੀ, ਠੀਕ ਹੈ ਨਾ। ਅਤੇ ਮੇਰੀ ਕਾਫੀ ਧੀਆਂ ਭੈਣਾਂ ਨੇ, ਮੇਰੀਆਂ ਭੈਣਾਂ ਨੇ ਮੈਨੂੰ ਮਜ਼ਬੂਰ ਕੀਤਾ ਅਤੇ ਮੈਂ ਵਲੌਗ ਬਣਾਉਣ ਲੱਗੀ ਅਤੇ ਮੈਂ ਇੰਟਰਵਿਊ ਮਿਲ ਗਈ, ਠੀਕ ਹੈ ਨਾ। ਅਤੇ ਕੋਈ ਗੱਲ ਨਹੀਂ, ਮੇਰੀ ਬੇਟੀ ਨੇ ਮੌਕੇ ਦਿੱਤੇ ਗੱਲਾਂ ਕਰਨ ਦੇ, ਪਿਛਲੇ ਸ਼ਰੀਕਾਂ ਨੇ ਮੌਕੇ ਦਿੱਤੇ ਗੱਲ ਸਾਨੂੰ, ਸਾਡੇ ਸ਼ਰੀਕਾਂ ਨੇ ਬਰਬਾਦ ਕਰ ਦਿੱਤਾ, ਸ਼ਰੀਕਾਂ ਨੇ ਸਾਨੂੰ ਜ਼ਮੀਨ ਕਰ ਦਿੱਤਾ। ਕੋਈ ਨਹੀਂ, ਉਹ ਵੀ ਸਾਰੇ ਜੰਮੀ ਨਾਲ ਲਿਆ ਇਨਸ਼ਾਅੱਲਾ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਜੋ ਉਹਨਾਂ ਜਿਕਰ ਬੰਦਾ ਮਰਦਾ ਨਹੀਂ ਹੋ ਜਿਵੇਂ ਜੇਕਰ ਆਪਣੇ ਅੱਖੀਆਂ ਦੇਖੇ। ਅਤੇ ਸਾਨੂੰ ਬਹੁਤ ਗੱਲਾਂ ਕਰ ਰਹੇ, ਬਹੁਤ ਜ਼ਿਆਦਾ ਗੱਲਾਂ ਕਰ ਰਹੇ, ਕੋਈ ਗੱਲ ਨਹੀਂ, ਅੱਲਾ ਨਾਲ ਭਲਾ ਕਰੇ, ਗੱਲਾਂ ਕਰੀ ਜਾਣ ਜਿਹੜੇ ਕਰਦੇ।
ਤੇ ਸ਼ੁਕਰ ਅੱਲਾ ਤਾਂ ਅਸੀਂ ਆਪਣੀ ਮੇਰੇ ਭੈਣ ਬਾਈ ਨੂੰ ਖਾ ਕੇ ਆਪਣੇ ਘਰੋਂ ਸੁਣਦੇ ਹਾਂ, ਅਸੀਂ ਕਿਸੇ ਦੇ ਘਰੋਂ ਨਹੀਂ ਖਾਣ ਜਾਂਦੇ, ਠੀਕ ਹੈ। ਅਤੇ ਅੱਜ ਵੀ ਮੈਂ ਆਪਣੇ ਵਲੌਗ ਵਿੱਚ ਗੱਲ ਕਰੀ ਹਾਂ ਕਿ ਮੇਰੀ ਜਿਹੜੀ ਦਰਿਆ ਕਮੈਂਟ ਕਰਦਾ ਸਥਾਨ ਹੈ ਤੁਹਾਨੂੰ ਪੜ੍ਹ ਕੇ ਦੱਸੇ, ਕਿਉਂਕਿ ਰਾਤ ਵੀ ਨਹੀਂ ਇੰਗਲਿਸ਼ ਕਰ ਸਕਦਾ ਹੈਗਾ ਅਤੇ ਚਾਵਲ ਨੂੰ ਵੀ ਨਹੀਂ ਲੋੜ ਪਤਾ ਹੈਗਾ ਕੋਈ ਇੰਗਲਿਸ਼ ਜਿੱਦ ਨਹੀਂ ਕੀ ਲਿਖਿਆ ਹੈਗਾ ਅਤੇ ਇੰਗਲਿਸ਼ ਫਿਰ ਸਲਾਹ ਨੇ ਰਾਤ ਤੁਹਾਨੂੰ ਪੜ੍ਹ ਕੇ ਸੁਣਾਓ ਅਤੇ ਸਾਰਾ ਸੀਨ ਮੈਂ ਹੁਣ ਧੋ ਲੈਂਦੀ ਹਾਂ ਇੱਕ ਤਰ੍ਹਾਂ ਸਾਰਾ ਸੀਨ ਧੋ ਕੇ ਅਤੇ ਫਿਰ ਇੱਥੇ ਹੈ ਨਾ ਮੇਜ ਰੱਖਦੇ ਨੇ ਥਾਂ ਦੇ ਉੱਤੇ ਇੱਥੇ ਬੈਠ ਕੇ ਖਾਣ ਬਣਾ ਲਈਦਾ ਬਣਾ ਲੈਂਦਾ ਹੁੰਦਾ ਤਾਂ ਆ ਜਾਂਦੀ ਮੇਰੀਆਂ ਧੀਆਂ ਭੈਣਾਂ ਮੈਨੂੰ ਬੜੀਆਂ ਤਸੱਲੀਆਂ ਦਿੱਤੀਆਂ ਬਹੁਤ ਸ਼ੌਂਕ ਦੇ ਦਿੱਤੇ ਅੱਛੀ ਦੁਨੀਆ ਵੀ ਬੜੀ ਆ ਅਤੇ ਜਿਹੜੇ ਫਿਰ ਉੱਦਾਂ ਦੇ ਬੈਡਮਿੰਟ ਕਰਨ ਵਾਲੀ ਇਹਦੇ ਵਿੱਚ ਬੁਰੀ ਵੀ ਜਿਹੜੀ ਹੁੰਦੀ ਕੋਈ ਗੱਲ ਨਹੀਂ ਚੰਗੇ ਵੀ ਹੁੰਦੇ ਆ ਬੁਰੇ ਵੀ ਹੁੰਦੇ ਆ ਸਾਡਾ ਸਬਰ ਆ ਸਾਡਾ ਸਬਰ ਦਾ ਅਲੱਗ ਜਿਹੜਾ ਅੱਲਾ ਨੇ ਸਾਨੂੰ ਦੇਣਾ ਵਾ ਨਹੀਂ ਕਿ ਤਾਂ ਜੋ ਕਰਦਾ ਵਾ ਕਰੀ ਗਿਆ ਹੁਣ ਸਾਰਾ ਸੀਨ ਇਸ ਤਰ੍ਹਾਂ ਧੋ ਲੈਂਦੀ ਇੱਕ ਮੇਰੇ ਭੈਣ ਬਾਈ ਇਹ ਭਵਨ ਜ਼ਿਆਦਾ ਸੌੜੀ ਹੈ ਨਾ ਕਹਿੰਦੇ ਦਿਲ ਸੌੜਾ ਹੋਣਾ ਨਹੀਂ ਚਾਹੀਦਾ ਹੈ ਜ਼ਿਆਦਾ ਸੌੜੀ ਦੀ ਸ਼ਹਿਰ ਅਲਾ ਦੂਜੀ ਜਗ੍ਹਾ ਨੂੰ ਦੇ ਦਿੰਦੀ ਕੋਈ ਉਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਉਸ ਮੇਰੇ ਮਾਲਕ ਦੇ ਖਜ਼ਾਨੇ ਭਰੇ ਹੋਏ ਨੇ ਉਸ ਮੇਰੇ ਮਾਲਕ ਦੇ ਨਾ ਖਜ਼ਾਨੇ ਭਰੇ ਹੋਏ ਸੇਮ ਤਾਂ ਹੋਤਾ ਵਾ ਉਹ ਤਾਂ ਦਰਵਾਜ਼ੇ 'ਤੇ ਰਹਿ ਗਿਆ ਸਿਰਫ ਥੋੜ੍ਹਾ ਜਿਹਾ ਅਤੇ ਮੇਜ਼ ਰੱਖ ਦਿੱਤਾ ਮੇਜ਼ ਰੱਖ ਕੇ ਸੈੱਟ ਕਰਕੇ ਅਤੇ ਤੁਸੀਂ ਪੁੱਛਿਆ ਨਹੀਂ ਪਹਿਲਾਂ ਤੁਸੀਂ ਸੈੱਟ ਨੂੰ ਪਹਿਲਾਂ ਆਫ ਕਰ ਲਿਆ ਕਚਰਾ ਵਗੈਰਾ ਜਿਹੜਾ ਨਾ ਸਾਰਾ ਮੈਂ ਕਰ ਲਿਆ ਥੋੜ੍ਹੀ ਸ਼ਾਮ ਬਣ ਗਈ ਸਾਡੇ ਲਈ ਥੋੜ੍ਹਾ ਜਿਹਾ ਵੀ ਡੱਕ ਪੈ ਜਾਂਦਾ ਵਾ ਬੱਕਰੀਆਂ ਵਾਸਤੇ ਵੀ ਸ਼ਾਮ ਬਣ ਗਈ ਬੱਕਰੀਆਂ ਦੀ ਟੈਨਸ਼ਨ ਜਿਹੜੀ ਨਾ ਮੋਟਾ ਮੋਟਾ ਕਚਰਾ ਮੈਂ ਬਾਹਰ ਕੱਢ ਦੇਣਾ ਕਿਉਂਕਿ ਪੈਪ ਖਾਣੀ ਪੈਪ ਬਣ ਜਾਵੇ ਅਤੇ ਫਿਰ ਪਾਣੀ ਵਾਲਾ ਨਹੀਂ ਨਿਕਲੂਗਾ ਫਿਰ ਚੀਜ਼ ਨੂੰ ਬਾਹਰ ਕੱਢ ਦੇਣੀ ਨਾਲ ਸੈੱਟ ਕਰਦੀ ਹਾਂ ਦੁਪਹਿਰੇ ਕੰਮ ਕੁੰਮ ਕਰਕੇ ਜੱਟ ਨੂੰ ਲੰਮੀ ਪੈ ਗਈ ਸੀਗੀ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਗਈ ਸੀਗੀ ਅਤੇ ਹੁਣ ਉੱਠੇ ਉੱਠ ਕੇ ਅਤੇ ਚਾਰ ਜਿਹੜਾ ਅੱਜ ਕਾਫੀ ਦਿਨ ਹੋ ਗਏ ਆ ਪਾਏ ਨੂੰ ਚਾਰ ਪੰਜ ਦਿਨ ਹੋ ਗਏ ਪਾਏ ਨੂੰ ਅਤੇ ਤੇਲ ਜਿਹੜਾ ਵਿੱਚ ਮਿਕਸ ਕਰਨਾ ਸੀਗਾ ਤੇਲ ਲਿਆਂਦਾ ਪਿਆ ਸੀ ਹੁਣ ਠੰਡਾ ਕਰ ਦੇਣੀ ਸਭ ਤੋਂ ਪਹਿਲੇ ਵਿੱਚ ਹੁੰਦੀ ਆ ਅਤੇ ਅੰਮੀ ਸਗੋਂ ਟੇਬਲ ਦੇ ਉੱਤੇ ਨਹੀਂ ਆਪਾਂ ਚੁੱਲ੍ਹਾ ਠੀਕ ਹੈਗਾ ਲਿਆਂਦਾ ਪਿਆ ਸੀਗਾ ਮੈਂ ਕਿਹਾ ਚਾਰ ਉਹਨਾਂ ਖਰਾਬ ਹੋ ਜਾਵੇ ਤਿੰਨ ਕਿਲੋ ਤੇਲ ਤੇਲ ਲੈ ਕੇ ਤੇਲ ਵਿੱਚ ਸਾਰਾ ਮਿਕਸ ਕਰ ਦੇਣੀ ਨਾ ਦਾਨਿਸ਼ ਬੋਤਲ ਨਹੀਂ ਗਈ ਬੋਤਲ ਨਹੀਂ ਗਈ ਤਰ ਪਿਆ ਆਪਣੀ ਭੈਣ ਨੂੰ ਮਠੀਰ ਨਾਲ ਨਹੀਂ ਲਿਆ ਬਸ ਮੈਂ ਮਠੀਰ ਨਾਲ ਇਸ ਦਾ ਠੀਕ ਹੈ ਹੁਣ ਇਸ ਤਰ੍ਹਾਂ ਸਾਰਾ ਤੇਲ ਜਿਹੜਾ ਵਿੱਚ ਮਿਕਸ ਕਰ ਦੇਣ ਲੱਗੀ ਸਾਰਾ ਮਿਕਸ ਕਰਕੇ ਜਦੋਂ ਫਿਰ ਚਾਰ ਜਿਹੜਾ ਖਰਾਬ ਨਾ ਹੋਊਗਾ ਟੈਨਸ਼ਨ ਨਾ ਹੋਊਗੀ ਚਾਰ ਨੂੰ ਅੱਛਾ ਜੀ ਮੇਰੇ ਭੈਣ ਬਾਈ ਨੂੰ ਮੇਰਾ ਛੋਟਾ ਜਿਹਾ ਵਲੌਗ ਸੀਗਾ ਅੱਜ ਜੇ ਮੇਰੇ ਭੈਣ ਬਾਈਆਂ ਨੂੰ ਪਸੰਦ ਆਇਆ ਹੋਵੇ ਅਤੇ ਘਰ ਦੀ ਸਾਫ਼ ਸਫਾਈ ਦਾ ਘਰ ਦੇ ਕੰਮ ਦਾ
ਤੇ ਮੇਰੇ ਭੈਣ ਭਰਾਵਾਂ ਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਬੋਕਸ ਸਾਨੂੰ ਜ਼ਰੂਰ ਦੱਸਿਓ ਆਪਣੀਆਂ ਦੁਆਵਾਂ, ਸਾਨੂੰ ਬੋਏ ਯਾਦ ਰੱਖਿਓ, ਅਸੀਂ ਵੀ ਆਪਣੇ ਭੈਣ ਭਰਾਵਾਂ ਨੂੰ ਹਰ ਟਾਈਮ ਯਾਦ ਰੱਖਦੇ ਲਵਾ, ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਤੁਹਾਨੂੰ ਨੂੰ ਸ਼ਿਫਾ ਦੇਵੇ, ਜਿਹੜੇ ਬੇਰੁਜ਼ਗਾਰ ਆ ਅਲੱਗ ਅਲੱਗ ਦੱਸੀ ਜਾਵੇ, ਜਿਹੜਾ ਕੋਈ ਔਲਾਦ ਅਲੱਗ ਅਲੱਗ ਲਈ ਹੋਰ ਸਾਰੀ ਔਲਾਦ ਦੇ, ਜੇ ਬਿਮਾਰ ਅਲੱਗ ਅਲੱਗ ਕੰਮ ਲਈ ਸ਼ਿਫਾ ਦੇਵੇ, ਜਿਹੜਾ ਬੇਘਰ ਆ ਅਲੱਗ ਅਲੱਗ ਬੈਠਣ ਦੀ ਛੱਪ ਦੇਵੇ, ਅਲੱਗ ਸਭ ਰਿਜ਼ਕੇ ਹਿਲਾ ਦੇਵੇ, ਆਮੀਨ ਸੁਮਾਮੀਨ। ਅਤੇ ਤਮਾਮ ਮੇਰੀ ਫੈਮਿਲੀ ਸਭ ਨੂੰ ਆਪਣੇ ਦੁਆਵਾਂ 'ਚ ਰੱਖੀ, ਅਤੇ ਅਸੀਂ ਫਿਰ ਮਿਲਾਂਗੇ ਨੈਕਸਟ ਵੀਡੀਓ ਸਾਨੂੰ ਯਾਦ, ਅੱਲਾ ਹਾਫਿਜ਼।